ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ। ਅੱਜ ਉਸ ਮਹਾਨ ਕਲਾਕਾਰ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਏ ਹਾਂ ਜਿਨ੍ਹਾਂ ਨੇ ਤੂੰਬੀ ਅਤੇ ਤੁਰਲੇ ਵਾਲੀ ਪੱਗ ਨੂੰ ਪੂਰੀ ਦੁਨੀਆ ਵਿੱਚ ਇੱਕ ਅਲੱਗ ਪਹਿਚਾਣ ਦਵਾਈ। ਹਾਂਜੀ, ਮੇਰੀ ਮੁਰਾਦ ਹੈ ਲਾਲ ਚੰਦ ਜਮਲਾ ਜੱਟ ਜੀ। ਸੋ ਦੋਸਤੋ, ਆਪਾਂ ਅੱਜ ਲਾਲ ਚੰਦ ਜਮਲਾ ਜੱਟ ਜੀ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਮਿਊਜ਼ਿਕ ਕਰੀਅਰ ਬਾਰੇ ਪੂਰੇ ਵਿਸਤਾਰ ਵਿੱਚ ਗੱਲ ਕਰਾਂਗੇ। ਸੋ ਦੋਸਤੋ, ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਫਰਮਾਇਸ਼ ਜ਼ਰੂਰ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਅਤੇ ਮਿੱਠਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਕਿਉਂਕਿ ਮੈਂ ਲਾਲ ਚੰਦ ਜਮਲਾ ਜੱਟ ਜੀ ਦੇ ਜੀਵਨ ਬਾਰੇ ਬਹੁਤ ਸਾਰੀਆਂ ਇੰਟਰਸਟਿੰਗ ਗੱਲਾਂ ਤੁਹਾਡੇ ਨਾਲ ਕਰੂੰਗਾ ਜਿਹੜੀਆਂ ਸ਼ਾਇਦ ਤੁਹਾਨੂੰ ਨਾ ਪਤਾ ਹੋਣ। ਸੋ ਦੋਸਤੋ, ਇਸ ਵੀਡੀਓ ਦੀ ਫਰਮਾਇਸ਼ ਕੀਤੀ ਸੀ ਕਰਮਜੀਤ ਵਿੰਜਾ ਜੀ ਨੇ ਅਤੇ ਪ੍ਰੀਤ ਰਮਨ ਨੇ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਲਾਲ ਚੰਦ ਜਮਲਾ ਜੱਟ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਲਾਲ ਚੰਦ ਜਮਲਾ ਜੱਟ ਦਾ ਜਨਮ 28 ਮਾਰਚ 1914 ਨੂੰ ਮਾਤਾ ਹਰਨਾਮ ਕੌਰ ਦੀ ਕੁੱਖੋਂ ਅਤੇ ਪਿਤਾ ਖੈਰਾ ਰਾਮ ਦੇ ਘਰ ਚੱਕ ਨੰਬਰ 384 ਲੈਲਪੁਰ ਡਿਸਟ੍ਰਿਕਟ ਪਾਕਿਸਤਾਨ ਵਿਖੇ ਹੋਇਆ। ਪਰ 1947 ਵਿੱਚ ਜਦੋਂ ਇੰਡੀਆ ਪਾਕਿਸਤਾਨ ਦੀ ਵੰਡ ਹੋਈ ਤਾਂ ਲਾਲ ਚੰਦ ਜਮਲਾ ਜੱਟ ਜੀ ਦਾ ਪੂਰਾ ਪਰਿਵਾਰ ਜਵਾਹਰ ਨਗਰ ਲੁਧਿਆਣਾ ਪੰਜਾਬ ਵਿਖੇ ਆ ਵਸਿਆ ਅਤੇ ਉਹਨਾਂ ਦਾ ਪੂਰਾ ਪਰਿਵਾਰ ਫਿਰ ਉੱਥੇ ਹੀ ਰਿਹਾ। ਇਸ ਤੋਂ ਬਾਅਦ 1930 ਵਿੱਚ ਲਾਲ ਚੰਦ ਜਮਲਾ ਜੱਟ ਦੀ ਮੈਰਿਜ ਹੋਈ ਸੀ ਰਾਮ ਰੱਖੀ ਜੀ ਨਾਲ ਅਤੇ ਮੈਰਿਜ ਤੋਂ ਬਾਅਦ ਉਹਨਾਂ ਦੇ ਘਰ 2 ਬੇਟੀਆਂ ਅਤੇ 5 ਬੇਟਿਆਂ ਨੇ ਜਨਮ ਲਿਆ। ਉਹਨਾਂ ਦੇ ਸਭ ਤੋਂ ਵੱਡੇ ਬੇਟੇ ਦਾ ਨਾਮ ਹੈ ਕਰਤਾਰ ਚੰਦ ਅਤੇ ਸਭ ਤੋਂ ਛੋਟੇ ਬੇਟੇ ਦਾ ਨਾਮ ਹੈ ਜਸਦੇਵ ਚੰਦ। ਜਮਲਾ ਜੱਟ ਜੀ ਨੂੰ ਸਿੰਗਿੰਗ ਦਾ ਬਚਪਨ ਤੋਂ ਹੀ ਬਹੁਤ ਜ਼ਿਆਦਾ ਸ਼ੌਂਕ ਸੀ, ਇਸ ਲਈ ਉਹਨਾਂ ਨੇ ਸਿੰਗਿੰਗ ਵਿੱਚ ਪੂਰੀ ਤਰ੍ਹਾਂ ਪ੍ਰਪੱਖ ਹੋਣ ਲਈ ਉਸਤਾਦ ਧਾਰਿਆ ਅਤੇ ਉਹਨਾਂ ਨੇ ਪੰਡਿਤ ਦਿਆਲ ਅਤੇ ਚੌਧਰੀ ਮਸਜਿਦ ਜੀ ਤੋਂ ਸਿੰਗਿੰਗ ਦੇ ਗੁਰ ਸਿੱਖੇ। ਦੋਸਤੋ, ਲਾਲ ਚੰਦ ਜਮਲਾ ਜੱਟ ਜੀ ਦੇ ਜਿਹੜੇ ਸੌਂਗਸ ਆ, ਉਹਨਾਂ ਦੀ ਪਹਿਲੀ ਵਾਰ ਰਿਕਾਰਡਿੰਗ HMV ਕੰਪਨੀ ਨੇ 1952 ਵਿੱਚ ਕੀਤੀ ਸੀ ਅਤੇ ਇਹ ਸਾਰੇ ਦੇ ਸਾਰੇ ਗਾਣੇ ਬਹੁਤ ਜ਼ਿਆਦਾ ਹਿੱਟ ਹੋਏ ਸੀ। ਜੇ ਦੋਸਤੋ ਆਪਾਂ ਉਹਨਾਂ ਦੇ ਸੁਪਰ ਹਿੱਟ ਗਾਣਿਆਂ ਦੀ ਗੱਲ ਕਰੀਏ ਤਾਂ ਜਿਵੇਂ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਇਹ ਗਾਣਾ ਬਹੁਤ ਜ਼ਿਆਦਾ ਹਿੱਟ ਹੋਇਆ ਸੀ। ਮੈਂ ਇਹਦੇ ਕੁਝ ਬੋਲ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੇ ਚਾਹੂੰਗਾ ਕਿ ਉਹ ਗੱਲ ਕਰ ਲੋਕੀ ਗਾਉਣ ਨਹੀਂ ਕਹਾਣੀਆਂ, ਠੋਕਰਾਂ ਨਾ ਮਾਰ ਮੈਥੋਂ ਸਹੀਆਂ ਨਹੀਂ ਜਾਣੀਆਂ, ਮੈਨੂੰ ਤੇਰੀ ਨਹੀਂ ਜਦਾਈ ਕਰ, ਛੱਡਿਆ ਛਦਾਈ ਨਾਲੇ ਜਮਲਾ ਬਣਾ ਕੇ ਪਰਾਂ ਸਿੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ। ਸੋ ਦੋਸਤੋ, ਇਹ ਜਿਹੜਾ ਸੌਂਗ ਆ ਅਤੇ ਪੂਰੀ ਦੀ ਪੂਰੀ ਐਲਬਮ ਵੀ ਬਹੁਤ ਜ਼ਿਆਦਾ ਸੋਹਣੀ ਸੀ। ਜੇ ਤੁਸੀਂ ਵੀ ਦੋਸਤੋ ਇਸ ਐਲਬਮ ਨੂੰ ਸੁਣਨਾ ਚਾਹੁੰਦੇ ਹੋ ਤਾਂ ਮੈਂ ਇਸ ਦਾ ਲਿੰਕ ਜਿਹੜਾ ਐਮਾਜ਼ੋਨ ਦਾ ਉਹ ਮੈਂ ਦਿੱਤਾ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ, ਤੁਸੀਂ ਉੱਥੇ ਕਲਿੱਕ ਕਰਕੇ ਇਹ ਜਿਹੜੀ ਆ ਐਲਬਮ ਵਾ ਖਰੀਦ ਸਕਦੇ ਹੋ। ਇਸ ਵਿੱਚ ਬਹੁਤ ਸੋਹਣੇ ਜਿਹੜੇ ਗਾਣੇ ਆ, ਮੀਨਿੰਗਫੁੱਲ ਗਾਣੇ ਦਿੱਤੇ ਆ ਅਤੇ ਸਾਰੇ ਗਾਣੇ ਹੀ ਬਹੁਤ ਜ਼ਿਆਦਾ ਸੋਹਣੇ ਆ। ਅਤੇ ਦੋਸਤੋ, ਇਸ ਤੋਂ ਬਿਨਾਂ ਵੀ ਉਹਨਾਂ ਦੇ ਹੋਰ ਵੀ ਜਿਹੜੇ ਗਾਣੇ ਆਏ ਜਿਵੇਂ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਆ ਅਤੇ ਫਿਰ ਦੁੱਲਾ ਭੱਟੀ ਅਤੇ ਪੂਰਨ ਭਗਤ, ਹੋਰ ਵੀ ਉਹਨਾਂ ਦੀਆਂ ਲਗਭਗ 10 ਤੋਂ ਵੀ ਵੱਧ ਜਿਹੜੀਆਂ ਐਲਬਮਸ ਆ ਉਹ ਮਾਰਕੀਟ ਵਿੱਚ ਆਈਆਂ ਅਤੇ ਉਹਨਾਂ ਨੇ ਡੂਅਟ ਸੌਂਗ ਵੀ ਗਾਏ ਮਹਿੰਦਰਜੀਤ ਕੌਰ ਸੇਖੋਂ ਨਾਲ, ਜਿਹੜੇ ਕਿ ਰਿਕਾਰਡਿੰਗ ਆਰਟਿਸਟ ਸੀ ਆਲ ਇੰਡੀਆ ਰੇਡੀਓ ਜਲੰਧਰ ਦੇ। ਅਤੇ ਦੋਸਤੋ, ਲਾਲ ਚੰਦ ਜਮਲਾ ਜੱਟ ਜੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜ੍ਹੀ ਆ, ਕਿਉਂਕਿ ਉਹਨਾਂ ਨੇ ਬਹੁਤ ਸੋਹਣੇ ਅਤੇ ਮੀਨਿੰਗਫੁੱਲ ਗਾਣੇ ਜਿਹੜੇ ਆ ਦਰਸ਼ਕਾਂ ਦੀ ਝੋਲੀ ਵਿੱਚ ਪਾਏ ਅਤੇ ਉਹਨਾਂ ਦੇ ਗਾਣੇ ਅੱਜ ਤੱਕ ਵੀ ਅਮਰ ਆ। ਦੋਸਤੋ, ਜੇ ਆਪਾਂ ਲਾਲ ਚੰਦ ਜਮਲਾ ਜੱਟ ਜੀ ਨੂੰ ਜਿਹੜੇ ਅਵਾਰਡਸ ਮਿਲੇ ਉਹਨਾਂ ਦੀ ਗੱਲ ਕਰੀਏ ਤਾਂ 1956 ਵਿੱਚ ਜਿਹੜੇ ਆਪਣੇ ਇੰਡੀਅਨ ਪ੍ਰਾਈਮ ਮਿਨਿਸਟਰ ਸੀ ਜਵਾਹਰ ਲਾਲ ਨਹਿਰੂ ਜੀ, ਉਹਨਾਂ ਨੇ ਲਾਲ ਚੰਦ ਜਮਲਾ ਜੀ ਨੂੰ ਗੋਲਡ ਮੈਡਲ ਦਿੱਤਾ ਸੀ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਲਾਈਫ ਟਾਈਮ ਕੰਟਰੀਬਿਊਸ਼ਨ ਅਵਾਰਡ ਮਿਲਿਆ ਸੀ 1999 ਵਿੱਚ, ਜਿਹੜਾ ਦਿੱਤਾ ਸੀ ਨੈਸ਼ਨਲ ਅਕੈਡਮੀ ਆਫ ਡਾਂਸ ਡਰਾਮਾ ਐਂਡ ਮਿਊਜ਼ਿਕ ਦਿੱਲੀ ਨੇ। ਅਤੇ ਦੋਸਤੋ, ਇਸ ਤੋਂ ਤੁਸੀਂ ਇਹ ਜਾਣ ਸਕਦੇ ਹੋ ਕਿ ਲਾਲ ਚੰਦ ਜਮਲਾ ਜੱਟ ਜੀ ਕਿੰਨੇ ਵਧੀਆ ਸਿੰਗਰ ਸਨ ਜਿਨ੍ਹਾਂ ਨੂੰ ਇੰਨਾ ਮਾਣ ਸਨਮਾਨ ਮਿਲਿਆ। ਦੋਸਤੋ, ਪਰ ਉਹ ਮੰਦਭਾਗਾ ਦਿਨ ਵੀ ਆਇਆ ਜਦੋਂ 20 ਦਸੰਬਰ 1991 ਨੂੰ ਉਹ ਜਦੋਂ ਲੁਧਿਆਣਾ ਵਿਖੇ ਸਨ ਆਪਣੇ ਘਰੇ ਹੀ ਅਤੇ ਉਹਨਾਂ ਦੀ ਡੈਥ ਹੋ ਗਈ ਸੀ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਸਭ ਤੋਂ ਬੁਰਾ ਦਿਨ ਸੀ, ਕਿਉਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਐਡੇ ਵੱਡੇ ਕਲਾਕਾਰ ਦੇ ਇਸ ਦੁਨੀਆ ਤੋਂ ਚਲੇ ਜਾਣ ਦਾ ਜਿਹੜਾ ਘਾਟਾ ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ, ਪਰ ਜੋ ਵਾਹਿਗੁਰੂ ਦੀ ਮਰਜ਼ੀ ਹੈ ਉਹਨੂੰ ਆਪਾਂ ਨਹੀਂ ਬਦਲ ਸਕਦੇ, ਕਿਉਂਕਿ ਜੋ ਇਨਸਾਨ ਇਸ ਦੁਨੀਆ 'ਤੇ ਆਇਆ ਉਹਨੂੰ ਜਾਣਾ ਵੀ ਆ। ਪਰ ਲਾਲ ਚੰਦ ਜਮਲਾ ਜੱਟ ਜੀ ਹਮੇਸ਼ਾ ਅਮਰ ਰਹਿਣਗੇ, ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ, ਕਿਉਂਕਿ ਜੋ ਗਾਣੇ ਉਹਨਾਂ ਦੇ ਰਿਕਾਰਡ ਹੋਏ ਆ ਉਹ ਲੋਕ ਅੱਜ ਵੀ ਸੁਣਦੇ ਆ ਅਤੇ ਉਹਨਾਂ ਨੂੰ ਪਿਆਰ ਕਰਦੇ ਆ। ਸੋ ਦੋਸਤੋ, ਆਪਾਂ ਅੰਤ ਵਿੱਚ ਇਹੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਲਾਲ ਚੰਦ ਜਮਲਾ ਜੱਟ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਉਹਨਾਂ ਦੇ ਜਿਹੜਾ ਪਿੱਛੇ ਪਰਿਵਾਰ ਆ ਉਹਨਾਂ ਨੂੰ ਤਰੱਕੀਆਂ ਬਖਸ਼ਣ। ਸੋ ਦੋਸਤੋ, ਇੰਨੇ ਸ਼ਬਦਾਂ ਨਾਲ ਲੈਂਦੇ ਹਾਂ ਤੁਹਾਡੇ ਤੋਂ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵਧੀਆ ਵੀਡੀਓ ਨਾਲ।
उदों तक तुसी तंदुरुस्त रहो, खुश रहो। तो दोस्तों जे तुसी अपना चैनल बौली हौली बाबा अजे तक भी नहीं सबसक्राइब किया तो इस वीडियो के नीचे जिहड़ा रैड कलर का सबसक्राइब का बटन आ रहा उस ते अपना एक प्यारा जिहा मिठा जिहा क्लिक करके अपना चैनल जरूर सबसक्राइब कर लो, क्योंकि मैं इस तरह दीआं वीडियो अगे भी तुहाडे लई लैके आउंदा रहूंगा। जे तुहाडी कोई फरमाइश है तो तुसी मैनूं कमेंट करके जां अपना फेसबुक ते बौली हौली बाबा दे नाम दा पेज बनिया उत्ते मैसेज करके दस सकदे हो। सो जी लैने तुहाडे तों इजाजत, सत श्री अकाल जी।